ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ ਦਾਤਾ, ਜਿਨ੍ਹਾਂ ਨੇ ਜਦੋਂ ਖੁਦ ਦੀ ਰਿਹਾਈ ਹੋਈ ਜਹਾਂਗੀਰ ਬਾਦਸ਼ਾਹ ਤੋਂ 52 ਪਹਾੜੀ ਰਾਜਿਆਂ ਦੀ ਫਰਿਆਦ ਕਰਨ 'ਤੇ ਉਹਨਾਂ ਨੂੰ ਵੀ ਨਾਲ ਹੀ ਰਿਹਾ ਕਰਵਾਇਆ। ਇਹ ਉਹ ਥੰਮ ਉਹ ਅਸਥਾਨ ਆ ਜਿੱਥੇ ਕੈਦ ਦੇ ਦੌਰਾਨ ਇਹਨਾਂ ਥੰਮਾਂ ਦੇ ਨਾਲ ਉਹਨਾਂ ਰਾਜਿਆਂ ਨੂੰ ਬੰਨਿਆ ਗਿਆ ਸੀ। ਅਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੋਂ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਹੋਈ, ਰਿਹਾਈ ਦੌਰਾਨ ਉਹਨਾਂ ਰਾਜਿਆਂ ਪੁਕਾਰ ਕੀਤੀ ਵੀ ਹੇ ਮਹਾਰਾਜ, ਤੁਹਾਡੇ ਇੱਥੇ ਰਹਿਣ ਨਾਲ ਸਾਨੂੰ ਸ਼ਾਂਤੀ ਸੀ, ਸਾਨੂੰ ਕੈਦ ਕੱਟਣੀ ਸੌਖੀ ਹੋਈ ਪਈ ਸੀ, ਹੁਣ ਤੁਸੀਂ ਚਲੇ ਗਏ ਤਾਂ ਸਾਡੇ ਫਿਰ ਬੁਰੇ ਹਾਲ ਹੋ ਜਾਣਗੇ, ਕਿਰਪਾ ਕਰੋ ਸਾਡੇ 'ਤੇ ਰਹਿਮਤ ਕਰੋ, ਸਾਨੂੰ ਵੀ ਇਸ ਕੈਦ ਦੇ ਵਿੱਚੋਂ ਨਜਾਤ ਦਿਵਾਓ। ਸ਼ਹਿਨਸ਼ਾਹ ਪ੍ਰੀਤਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਹਾਂਗੀਰ ਨੂੰ ਕਿਹਾ ਵੀ ਅਸੀਂ ਇਕੱਲੇ ਇਸ ਕਿਲ੍ਹੇ ਦੇ ਵਿੱਚੋਂ ਨਹੀਂ ਜਾਣਾ, ਅਸੀਂ ਆ ਰਾਜਿਆਂ ਨੂੰ ਵੀ ਨਾਲ ਲੈ ਕੇ ਜਾਣਾ। ਜਹਾਂਗੀਰ ਨੇ ਇਹ ਸ਼ਰਤ ਲਗਾ ਦਿੱਤੀ ਕਿ ਜਿਹੜਾ ਤੁਹਾਡੇ ਚੋਲੇ ਦੀ ਕੰਨੀ ਫੜ ਕੇ ਬਾਹਰ ਨਿਕਲ ਜਾਵੇ ਉਹ ਇੱਥੋਂ ਜਾ ਸਕਦਾ। ਮੇਰੇ ਸ਼ਹਿਨਸ਼ਾਹ ਪ੍ਰੀਤਮ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਕਲੀਆਂ ਦਾ ਚੋਲਾ ਤਿਆਰ ਕਰਵਾਇਆ ਔਰ ਉਹਨਾਂ ਰਾਜਿਆਂ ਨੂੰ ਇੱਕ ਇੱਕ ਕਲੀ ਫੜਾ ਕੇ ਪੱਲਾ ਫੜਾ ਕੇ ਇਸ ਕੈਦ ਦੇ ਵਿੱਚੋਂ ਬਾਹਰ ਕਢਵਾਇਆ। ਆ ਉਸ ਸਮੇਂ ਦੇ 52 ਥੰਮ ਜੋ ਗਵਾਹੀ ਭਰ ਰਹੇ ਆ ਵੀ ਜਿੱਥੇ ਉਹ ਰਾਜਿਆਂ ਨੂੰ ਕੈਦ ਦੌਰਾਨ ਬੰਨਿਆ ਜਾਂਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਅੱਗੇ ਜਗ੍ਹਾ ਹੈ ਜਿਹੜੀ ਵਿਖਾਉਂਦੇ ਆ ਜਦੋਂ ਕਿਤੇ 5-7, 10-20 ਦਿਨੀ ਉਹਨਾਂ ਨੂੰ ਰਾਜਿਆਂ ਨੂੰ ਨਹਾਉਣ ਦਾ ਟਾਈਮ ਦਿੱਤਾ ਜਾਂਦਾ ਸੀ। ਇਸ ਗੁਪਤ ਦਰਵਾਜ਼ੇ ਥਾਣੀ ਜਿਹੜਾ ਹੁਣ ਅੱਗੋਂ ਬੰਦ ਪਿਆ ਵਾ ਇਹ ਥਾਣੀ ਲੰਘਾ ਕੇ ਫਿਰ ਇਸ ਕੁੰਡ ਦੇ ਵਿੱਚ ਇਸ਼ਨਾਨ ਕਰਵਾਇਆ ਜਾਂਦਾ ਸੀ। ਇੱਥੇ ਉਹਨਾਂ ਨੂੰ ਨਹਾਉਣ ਦਾ ਆਰਡਰ ਸੀ, ਉੱਦਾਂ ਕਿਸੇ ਨੂੰ ਵੀ ਬਾਹਰੋਂ ਮਿਲਣ ਦਾ ਜਿਹੜਾ ਵਾ ਉਹ ਆਰਡਰ ਨਹੀਂ ਸੀ। ਉਹ ਆਪ ਸਾਹਮਣੇ ਰਸਤਾ ਵੇਖ ਰਹੇ ਹੋ, ਜਿਹੜੇ ਰਸਤੇ ਉਹ ਪੌੜੀਆਂ ਥਾਣੀ ਉੱਤਰ ਕੇ 5-10 ਗਲੀ ਨਹਾ ਕੇ ਦੁਬਾਰਾ ਫਿਰ ਇਹਨਾਂ ਥੰਮਾਂ ਦੇ ਨਾਲ ਬੰਨ੍ਹ ਦਿੱਤੇ ਜਾਂਦੇ ਸਨ ਅਤੇ ਉਹਨਾਂ ਨੇ ਆਪਣਾ ਜੀਵਨ ਜਿਹੜਾ ਗੁਜ਼ਰ ਬਸਰ ਕੀਤਾ। ਸੋ ਸਾਨੂੰ ਮਾਣ ਹੋਣਾ ਚਾਹੀਦਾ ਵੀ ਅਸੀਂ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀਆਂ ਕਰਨੀਆਂ ਨੂੰ ਨਮਸਕਾਰ ਕਰਨ ਆਏ ਹਾਂ, ਕਿਉਂਕਿ ਉਹਨਾਂ ਨੂੰ ਬੰਦੀ ਛੋੜ ਦਾਤਾ ਇਵੇਂ ਨਹੀਂ ਕਿਹਾ ਜਾਂਦਾ। ਉਹਨਾਂ ਨੇ ਸੱਚੀ ਮੁੱਚੀ ਬੰਦੀਆਂ ਨੂੰ ਛੁਡਾਇਆ। ਅੱਜ ਝੂਠੇ ਹੀਰੋਆਂ ਨੂੰ ਮੰਨ ਕੇ ਅਸੀਂ ਉਹਨਾਂ ਨੂੰ ਜਿਹੜਾ ਵਾ ਬੜੀ ਤਰਜੀਹ ਦੇ ਰਹੇ ਹਾਂ, ਪਰ ਸਮੇਂ ਦੇ ਨਾਲ ਜੋ ਅਸਲੀ ਹੀਰੋ ਹੋਏ ਆ ਉਹਨਾਂ ਹੀਰੋਆਂ ਨੂੰ ਅਸੀਂ ਵਸਾ ਦਿੱਤਾ, ਇਹ ਸਾਡੀ ਬਦਕਿਸਮਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।